ਇੱਥੇ ਯੂਪੀ ਦੇ ਰਹਿੰਦੇ ਸੀ ਭਈਏ ਜੀ, ਉੱਥੇ ਇਹਨਾਂ ਦਾ ਰਹਿੰਦੇ ਨੂੰ ਬਹੁਤ ਚਿਰ ਹੋ ਗਿਆ ਜੀ ਇੱਥੇ ਰਹਿੰਦਿਆਂ ਨੂੰ। ਇਹਨਾਂ ਦੇ ਮੁੰਡੇ ਦਾ ਵਿਆਹ ਹੋਇਆ ਸੀ ਭਵਾਨੀਗੜ੍ਹ, ਪੰਜਾਬ ਦੀ ਕੁੜੀ ਸੀ, ਉਹ ਗ੍ਰੰਥ ਸਾਹਿਬ ਪੜ੍ਹਦੀ ਸੀ, ਬਾਕੀ ਤਾਂ ਉਹਨਾਂ ਘਰ 'ਚ ਕੋਈ ਪੜ੍ਹਦਾ ਨਹੀਂ। ਉਹ ਪੜ੍ਹਦੇ ਉਹ ਮਕਾਨ ਵੇਚ ਗਏ ਨੇ ਜੀ, ਜਿਹਨੂੰ ਵੇਚ ਗਏ ਨੇ ਉਹਨਾਂ ਸਫਾਈ ਕਰਕੇ ਅੱਗੇ ਕਵਾੜ 'ਚ ਸੁੱਟਤਾ ਗ੍ਰੰਥ ਸਾਹਿਬ ਜੀ, ਉਹ ਸਾੜਤੇ ਜੀ ਇਹਨਾਂ ਨੇ ਜੀ। ਇਹਨਾਂ ਨੇ ਬਾਲਟੀ ਬੁਲਟੀ ਪਾ ਕੇ ਸੁੱਟੇ ਨੇ ਸਾਰਾ ਕੁਛ ਉੱਥੇ ਜੀ। ਹਾਂ ਜੀ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ? ਸਾਨੂੰ ਇਹ ਕੰਮ 'ਤੇ ਜਾਣਦੇ ਸੀ, ਜਾਂਦੇ ਨੂੰ ਅੱਗ ਲੱਗੀ ਹੋਈ ਸੀ ਉੱਥੇ। ਮਾਤਾ ਆਪਣੀ ਦਰਸ਼ਨ ਕਰਨ ਜਾਂਦੀ ਹੈ ਗੁਰਦੁਆਰੇ 'ਚ, ਉਹ ਲੱਗੀ ਹੁੰਦੀ ਸੀ, ਉਹਨੇ ਵੇਖਿਆ ਜੀ ਅੱਗ ਲੱਗੀ ਨੇ, ਉਹਨੇ ਅੱਗ ਲੱਗੀ ਵੇਖਿਆ ਜਾ ਕੇ ਫਿਰ ਚੁੱਕਿਆ, ਉਹਨੇ ਵੇਖਿਆ ਗ੍ਰੰਥ ਸਾਹਿਬ ਵਿੱਚ ਸੜੇ ਹੋਏ ਜੀ ਗੁਟਕਾ ਸਾਹਿਬ ਜੀ। ਨਹੀਂ ਮਕਾਨ ਮਾਲਕ ਤਾਂ ਆ ਜਾਣੀ ਉੱਥੇ। ਨਹੀਂ ਬਹੁਤ ਮਾੜੀ ਗੱਲ ਹੋਈ ਜੀ, ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਜੀ, ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ, ਬਹੁਤ ਸ਼ਰਮ ਦੀ, ਜਿਹਨੇ ਕੀਤੀ ਜਿਹਨੇ ਕਰਾਈ ਜੋ ਕੁਛ ਵੀ ਲਾ ਲਓ ਜੀ। ਅਸੀਂ ਜਦੋਂ ਲੰਘੇ ਹਾਂ ਉੱਥੇ, ਇਹ ਗੁੜਕਾ ਸਾਹਿਬ ਸਾਰੀ ਪੱਟੀ ਮੇਸ ਹੋ ਰਹੀ ਸੀ ਅਤੇ ਉੱਧਰ ਉੱਧਰ ਹੀ ਫੁੱਲੇ ਗਏ ਸੀ, ਦੇਖ ਕੇ ਅਸੀਂ ਵੀ ਫਿਰ ਬਹੁਤ ਤੜਫੇ ਹਾਂ ਵੀ ਜੇ ਤਾਂ ਲਏ ਨੇ ਤਾਂ ਗੁਰੂ ਘਰ ਉੱਪੜਦੇ ਕਰੋ, ਨਹੀਂ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਉਸ ਟਾਈਮ ਪੂਰੀ ਅੱਗ ਤੀ, ਫਿਰ ਉਹ ਫਟਾਫਟ ਜਿਹੜੇ ਕੋਲ ਤੀ ਵਿਚਾਰੇ ਉਹਨਾਂ ਨੇ ਫਟਾਫਟ ਚੱਕੇ, ਫਿਰ ਉਹਨਾਂ ਨੇ ਕਿਹਾ, ਕੋਈ ਬੋਲਿਆ ਨਹੀਂ ਉਹਨਾਂ 'ਚੋਂ। ਫਿਰ ਮੈਨੂੰ ਕਹਿੰਦੇ ਮਾਤਾ ਜੀ ਤੂੰ ਬੋਲ ਪਏਗੀ? ਮੈਂ ਕਿਹਾ ਹਾਂ ਅਸੀਂ ਕਹਾਂਗੇ ਜੀ, ਗੁਰੂ ਦੇ ਸਿੱਖ ਹਾਂ, ਅਸੀਂ ਤਾਂ ਉਹਨਾਂ ਪਿੱਛੇ ਜਾਨ ਦੇਣ ਨੂੰ ਤਿਆਰ ਹਾਂ, ਅਸੀਂ ਡਰਦੇ ਨਹੀਂ ਹੈਗੇ ਜਮਾ ਵੀ। ਉਹ ਕਹਿੰਦੇ ਵੀ ਐਂ ਪਤਾ ਨਹੀਂ ਵੀ ਕਿਹਨੇ ਅੱਗ ਲਾਈ ਆ, ਕੀ ਕੌਣ ਸਿੱਟ ਕੇ ਗਿਆ ਇੱਥੇ। ਹਾਂ, ਅਸੀਂ ਤਾਂ ਇਹ ਕਹਿੰਦੇ ਵੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੂੰ, ਕੜੀ ਤੇ ਕੜੀ ਹੋਣੀ ਚਾਹੀਦੀ ਹੈ, ਇੰਨੀ ਅਸੀਂ ਡਰਦੇ ਨਹੀਂ ਕਿਸੇ 'ਤੇ ਵੀ। ਉਸ ਟਾਈਮ ਸਾਨੂੰ ਇੰਨਾ ਹੋਇਆ, ਬਹੁਤ ਸਰੀਰ ਨੂੰ ਸਾਨੂੰ ਦੁੱਖ ਲੱਗਿਆ ਵੀ ਆਪਣੇ ਪਿੱਛੇ ਉਹਨਾਂ ਨੇ ਜਾਨਾਂ ਦਿੱਤੀਆਂ ਨੇ, ਪਰਿਵਾਰ ਬਾਰੇ ਨੇ, ਵੀ ਅੱਜ ਉਹਨਾਂ ਦੀ ਬਾਣੀ ਇੱਕਣ ਫੂਕੀ ਜਾਂਦੀ ਹੈ ਗੰਦਗੀ 'ਚ। ਇਹ ਸ਼ਿਵਪੁਰੀ ਕਲੋਨੀ ਹੈ ਜੀ ਨਾਭੇ ਦੀ, 2 ਨੰਬਰ ਗਲੀ ਦੇ ਵਿੱਚ ਐਂਡ 'ਚ ਆ ਕੇ ਇੱਥੇ ਕੂੜੇ ਦਾ ਢੇਰ ਲੱਗਿਆ ਪਿਆ, ਜੋ ਆਲੇ ਦੁਆਲੇ ਲੋਕ ਵਸਨੀਕ ਨੇ ਉਹ ਆਪਣਾ ਕੂੜਾ ਇੱਥੇ ਸੁੱਟਦੇ ਨੇ। ਇੱਥੇ ਅੱਜ ਸਵੇਰੇ ਇੱਕ ਬਜ਼ੁਰਗ ਮਾਤਾ ਨੇ ਦੇਖਿਆ, ਇੱਕ ਸ਼੍ਰੀ ਸੁੰਦਰ ਗੁਟਕਾ ਸਾਹਿਬ, ਇੱਕ ਸ਼੍ਰੀ ਜਪਜੀ ਸਾਹਿਬ ਦਾ ਅਤੇ ਇੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਕੂੜੇ 'ਚ ਅਗਨ ਭੇਟ ਹੋਏ ਪਏ ਸੀ। ਤਾਂ ਅਸੀਂ ਉਰੇ ਆ ਕੇ ਜਦੋਂ ਹੁਣ ਪਤਾ ਲੱਗਿਆ, ਇੱਕ ਮੂਵੀ ਸਾਨੂੰ ਦੇਖਣ ਨੂੰ ਮਿਲੀ ਸੀ ਵਟਸਐਪ 'ਤੇ, ਤਾਂ ਕਲੋਨੀ ਵਾਸੀਆਂ ਨੇ ਦੱਸਿਆ ਵੀ ਕਿਸੇ ਨੇ ਕੋਈ 100 ਗਜ਼ ਦਾ ਮਕਾਨ ਆ ਜਿਹੜਾ ਉਹ ਵੇਚਿਆ ਸੀ, ਅਤੇ ਜਿਸ ਬੰਦੇ ਨੇ ਖਰੀਦਿਆ ਉਹਨੇ ਸਫਾਈ ਕਰਾਈ ਹੈ, ਉਹਨੇ 1.5 ਮਜ਼ਦੂਰ ਤੋਂ ਸਫਾਈ ਕਰਾਈ ਆ, ਉਹਨੇ ਉਰੇ ਆ ਕੇ ਥੈਲੇ 'ਚ ਪਾ ਕੇ, ਉਹਦੇ ਵਿੱਚ ਕੁਝ ਮੂਰਤੀਆਂ ਵੀ ਸੀ ਸ਼ਿਵ ਜੀ ਦੀਆਂ, ਅਤੇ ਗੁਟਕਾ ਸਾਹਿਬ ਸੀ ਇੱਥੇ ਢੇਰੀ ਕਰਕੇ ਅੱਗ ਲਾਤੀ, ਅਤੇ ਉਹ ਮਾਤਾ ਨੇ ਦੇਖਿਆ। ਸਾਨੂੰ ਨੂੰ ਪਤਾ ਲੱਗਿਆ ਦੇਖੋ ਇਹ ਸੁਖਮਨੀ ਸਾਹਿਬ ਜੀ ਦਾ ਗੁਟਕਾ, ਇੱਕ ਸ਼੍ਰੀ ਜਪਜੀ ਸਾਹਿਬ ਜੀ ਦਾ ਇੱਕ ਸੁੰਦਰ ਗੁਟਕਾ। ਸੋ ਇਹ ਬੜੀ ਅਣਕ ਘਟਨਾ, ਮਾੜੀ ਘਟਨਾ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸ਼ਬਦ ਗੁਰੂ ਜੀ ਦੀਆਂ ਵੀ ਬੇਅਦਬੀਆਂ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਹੋਈਆਂ ਨੇ। ਸੋ ਮੈਂ ਸਮੁੱਚੇ ਪ੍ਰਸ਼ਾਸਨ ਤੋਂ, ਸੰਸਥਾ ਸਾਡੀ ਸਿੱਖ ਕੌਮ ਦੀ ਸਰਵ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਮੰਗ ਕਰਦਾ ਕਿ ਇਹਨਾਂ ਵਿਅਕਤੀਆਂ ਖਿਲਾਫ਼ ਸਜ਼ਾਏ ਮੌਤ ਦੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਸਾਡੇ ਸ਼ਬਦ ਗੁਰੂ ਬਾਣੀ ਦਾ ਨਿਰਾਦਰ ਕਰ ਰਹੇ ਨੇ ਅਤੇ ਉਹਨੂੰ ਰੂੜੀਆਂ 'ਤੇ ਰੋੜ ਰਹੇ ਨੇ। ਇਹ ਦੇਖੋ ਜੀ, ਜਿਹੜੀਆਂ ਨਿੱਤ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਹਦੇ 'ਚ ਘਾਟ ਹੈ ਜਿਹੜੀ ਆਪਣੀ ਲੀਡਰਸ਼ਿਪ ਦੀ ਹੈ ਸਿੱਖ ਕੌਮ ਦੀ। ਜੇਕਰ ਸਖ਼ਤ ਤੋਂ ਸਖ਼ਤ ਇਹ ਲੀਡਰਾਂ ਦੇ ਕੌਲੀ ਚੱਟ ਹੋਏ ਬੈਠੇ ਨੇ, ਜੇਕਰ ਉਹ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ, ਲੋਕ ਇੱਦਾਂ ਕਰੇ ਨਹੀਂ ਸਕਦੇ ਹੈਗੇ। ਇਹ ਜੇਕਰ ਹੋ ਸਕਦਾ ਨਹੀਂ, ਜੇਕਰ ਇੱਕ ਦੇਖੋ ਕਿੰਨੀ ਮੰਦਭਾਗੀ ਘਟਨਾ, ਸਿੱਖ ਕੌਮ ਦੇ ਗੁਰੂ ਦੇ ਨਾਲ ਇੰਨੇ ਕੂੜੇ ਦੇ ਕਰਕਟ ਦੇ ਵਿੱਚ ਅੱਗ ਲਾਈ ਗਈ ਆ, ਜੇਕਰ ਜਿਹਦੇ 'ਚ ਇੱਕ ਉਹਨਾਂ ਚੇਤਾਵਨੀ ਹੈ, ਜੇਕਰ ਇਹ ਲੋਕ ਕਰਨਾ ਚਾਹੁੰਦੇ ਨੇ ਤਾਂ ਦੱਸ ਕੇ ਕਰਨ, ਫਿਰ ਤਾਂ ਗੱਲ ਬਣਦੀ ਹੈ ਗੱਲ। ਇਹ ਤਾਂ ਕੈਰ ਲੋਕਾਂ ਦਾ ਕੰਮ ਹੈ, ਸਾਡੇ ਕਹਿੰਦੇ ਨੇ ਕਿ ਸਿੱਖ ਕਿਸੇ ਦੇ ਧਰਮ ਨੂੰ ਨਹੀਂ ਕਹਿੰਦਾ ਹੈ, ਖਿਲਵਾੜ ਨਹੀਂ ਕਰ ਰਿਹਾ ਕਿਸੇ ਦੇ ਨਾਲ ਵੀ, ਅਸੀਂ ਨਹੀਂ ਸਭ ਹਰੇਕ ਖੁਸ਼ੀ ਬਚੇ, ਪਰ ਸਿੱਖ ਕੌਮ ਦੇ ਇਹਦੇ ਨਾਲ ਦੇਖੋ ਕਿੰਨੀ ਮੰਦਭਾਗੀ ਘਟਨਾ। ਸਿੱਖ ਕੌਮ ਦੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨਾਲ, ਇਹ ਚੀਜ਼ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੂਗੀ। ਉਹ ਜਿਹੜੀਆਂ ਨਿੱਤ ਦੀਆਂ ਹੋ ਰਹੀਆਂ ਬੇਅਦਬੀਆਂ ਨੇ, ਇਹਦੇ 'ਚ ਮੇਨ ਕਾਰਨ ਹੈ ਜਿਹੜਾ ਜੀ ਇਹ ਪ੍ਰਸ਼ਾਸਨ ਦੀ ਘਾਟ ਹੈ, ਅਤੇ ਆਪਣੀ ਸਿੱਖ ਜਿਹੜੀ ਜਥੇਬੰਦੀ ਹੈ ਸ਼੍ਰੋਮਣੀ ਕਮੇਟੀ ਉਹਦੀ ਘਾਟ ਹੈ। ਜੇਕਰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ, ਇਹ ਲੋਕ ਕਦੇ ਵੀ ਨਹੀਂ ਕਰਨਗੇ। ਜੇਕਰ ਨਹੀਂ ਰੱਖੇ ਜਾਂਦੇ, ਯਾਰ ਕਹਿੰਦੇ ਨੇ ਦੇ ਦਿਓ, ਸਾਨੂੰ ਦੇ ਦਿਓ, ਅਸੀਂ ਆਪ ਸਾਂਭਲਾਂਗੇ। ਜਿੰਦੇ ਕਿਸੇ ਦੇ ਕਹਿੰਦੇ ਨੇ ਸਿੱਖ ਧਰਮ ਕਿਸੇ ਥੋਪਦੇ ਥੋੜੀਆਂ ਵੀ ਜਾ ਕੇ ਤੁਸੀਂ ਲੈ ਲਓ, ਯਾਰ ਕਹਿੰਦੇ ਨੇ ਨਹੀਂ ਰੱਖੇ ਜਾਂਦੇ, ਸਾਨੂੰ ਦੇ ਦਿਓ। ਇੱਥੇ ਇਹ ਚੀਜ਼ ਦਾ ਬੇਅਦਬੀ ਕਰਨ ਦਾ ਕੀ ਮਤਲਬ ਹੈ?